ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਈ ਨੇਮ ਇਜ਼ ਗੌਰਵਦੀਪ ਸਿੰਘ ਅ ਸੀਏ ਸਟੂਡੈਂਟ ਅਨਫੋਰਚੁਨੇਟਲੀ ਜੋ ਆਧੋ ਲੋਕੋ ਕੇ ਲੀਏ ਹੈ ਕਿ ਹਰ ਵਕਤ ਮਸਤੀ ਕਰਤਾ ਹੈ ਡਬਲ ਮੀਨਿੰਗ ਬਾਤੇਂ ਕਰਤਾ ਹੈ ਔਰ ਆਧੋ ਕੇ ਲੀਏ ਹੈ ਕਿ ਇਹ ਦਿਲ ਟੂਟਾ ਆਸ਼ਿਕ ਹੈ ਇਸਸੇ ਕੁਛ ਨਹੀਂ ਹੋਗਾ ਤੋ ਅਗਰ ਹਮ ਦਿਲ ਟੂਟੇ ਆਸ਼ਕੀ ਕੀ ਸਾਈਡ ਪੇ ਆਪਣੀ ਲਾਈਨਸ ਤੋਂ ਨਿਕਾਲੇ ਤੋ ਵੋ ਕੁਛ ਇਸ ਤਰ੍ਹਾਂ ਨਿਕਲੀ ਹੈ ਬਟ ਇਨਮੇ ਦੋ ਤਿੰਨ ਲਾਈਨਸ ਸਰ ਦੁਸ਼ਵੰਤ ਸਿੰਘ ਐਂਡ ਸਰ ਯਾਯਾ ਬੂਟਵਾਲਾ ਕੀ ਵੀ ਹੈ ਕਿਉਂਕਿ ਵੋ ਮੇਰੇ ਦਿਲ ਕੇ ਬਹੁਤ ਕਰੀਬ ਹੈ ਔਰ ਉਨਕੇ ਰੈਫਰੈਂਸਿਸ ਮੈਨੇ ਆਪਣੇ ਇਸ ਐਕਟ ਮੇ ਲੀਏ ਹੈ ਤੋ ਪਲੀਜ਼ ਉਸ ਚੀਜ਼ ਕੋ ਛੋੜ ਕੇ ਆਪ ਬਾਕੀ ਸਭ ਕੋ ਇੰਜੋਏ ਕਰਨਾ ਤੋ ਇਸੀ ਕੇ ਸਾਥ ਮੈਂ ਆਪਣੀ ਇਹ ਸਟੋਰੀ ਸ਼ੁਰੂ ਕਰਤਾ ਹੂੰ ਦਿਲ ਕੀ ਬਾਤੇਂ ਜਬ ਅਨਸੁਨੀ ਸੀ ਰਹਿ ਜਾਤੀ ਹੈ ਨਾ ਤੋ ਵੋ ਖੁਦ ਕੋ ਉਨ ਸ਼ਬਦੋਂ ਮੇ ਬਿਆਨ ਕਰ ਜਾਤੀ ਹੈ ਜੋ ਦੂਸਰੋ ਕੇ ਦਿਲੋਂ ਕੋ ਵੀ ਪਿਘਲਾ ਦੇ ਔਰ ਅੱਜ ਕੱਲ੍ਹ ਤੋ ਹਰ ਕਿਸੀ ਕੇ ਦਿਲ ਮੇ ਇੱਕ ਦਰਦ ਸਾ ਛੁਪਾ ਹੈ ਬਸ ਮੁਸ਼ਕਿਲੇ ਹੈ ਤੋ ਉਸ ਦਰਦ ਕੋ ਬਿਆਨ ਕਰਨੇ ਮੇ ਚਲੋ ਤੋ ਅੱਜ ਕੁਛ ਉਨ੍ਹੀਂ ਦਰਦੋਂ ਕੋ ਬਿਆਨ ਕਰਤੇ ਹੈ ਤੁਮੇ ਪਤਾ ਹੈ ਕਿ ਨਾਕਾਮ ਇਸ਼ਕ ਇੱਕ ਐਸੇ ਜ਼ਖਮ ਦੇਤਾ ਹੈ ਕਿ ਤੁਮ ਖੁਦ ਸੇ ਵੀ ਨਫ਼ਰਤ ਕਰਨੀ ਸ਼ੁਰੂ ਹੋ ਜਾਤੇ ਹੋ ਔਰ ਇਸ ਨਫ਼ਰਤ ਕੀ ਇੱਕ ਖਾਸੀਅਤ ਹੈ ਕਿ ਤੁਮ ਆਪਣੀ ਲਾਚਾਰੀ ਦੇਖ ਤੋ ਸਕਤੇ ਹੋ ਪਰ ਉਸੇ ਮਿਟਾ ਨਹੀਂ ਸਕਤੇ ਔਰ ਇਹ ਜੋ ਜ਼ਖਮ ਹੈ ਨਾ ਇਹ ਕਭੀ ਭਰਤੇ ਨਹੀਂ ਹੈ ਹਮ ਬਸ ਬੀਤਤੇ ਵਕਤ ਕੇ ਸਾਥ ਇਨਕੇ ਸਾਥ ਜੀਨਾ ਸੀਖ ਲੇਤੇ ਹੈ ਜਬ ਇਹ ਦੌਰ ਚਲਤਾ ਹੈ ਤੋ ਹਮਾਰਾ ਸੈਲਫ ਡਾਊਟ ਹਮੇ ਉਸ ਮੰਜ਼ਿਲ ਪੇ ਲੈ ਆਤਾ ਹੈ ਕਿ ਹਮ ਖੁਦ ਪੇ ਸ਼ੱਕ ਕਰਨੇ ਲੱਗ ਜਾਤੇ ਹੈ ਕਿ ਆਖਿਰ ਮੇਰੇ ਪਿਆਰ ਮੇ ਐਸੀ ਕਿਆ ਕਮੀ ਰਹਿ ਗਈ ਥੀ ਕਿ ਅੱਜ ਮੈਂ ਇਸ ਮੁਕਾਮ ਪੇ ਆਕਰ ਖੜਾ ਹੂੰ ਤੋ ਐਸੀ ਕੁਛ ਹਾਲਤ ਮੇਰੀ ਵੀ ਥੀ ਤੋ ਉਨ ਲਮਹੋਂ ਔਰ ਉਸ ਪਿਆਰ ਕੇ ਲੀਏ ਇੱਕ ਆਖਰੀ ਖਤ ਲਿਖਾ ਥਾ ਮੈਨੇ ਵੋ ਕੁਛ ਯੂੰ ਥਾ ਕਿ ਇੱਕ ਆਖਰੀ ਖਤ ਹੈ ਤੇਰੇ ਨਾਮ ਸੋਚਾ ਬਿਨ ਤੇਰੇ ਜ਼ਿਕਰ ਕੇ ਇਹ ਕਹਾਣੀ ਖਤਮ ਨਹੀਂ ਹੋਣੀ ਚਾਹੀਏ ਵੋ ਕਿਆ ਹੈ ਨਾ ਖੁਦ ਸੇ ਜ਼ਿਆਦਾ ਚਾਹਾ ਥਾ ਤੁਮੇ ਤੋ ਬਿਨ ਤੇਰੇ ਜ਼ਿਕਰ ਕੇ ਇਹ ਕਹਾਣੀ ਕੈਸੇ ਖਤਮ ਕਰ ਦੂੰ ਪਰ ਕਿਆ ਫਾਇਦਾ ਜਬ ਉਨ ਲਕੀਰੋਂ ਮੇ ਤੇਰਾ ਨਾਮ ਹੀ ਨਾ ਥਾ ਪਰ ਕਿਆ ਫਾਇਦਾ ਜਬ ਉਸ ਨਸੀਬ ਮੇ ਮੇਰਾ ਤੇਰਾ ਸਾਥ ਹੀ ਨਾ ਥਾ ਤੁਝਸੇ ਮਿਲਕਰ ਮੈਨੇ ਆਪਣੇ ਖੁਦਾ ਕੋ ਪਾਇਆ ਥਾ ਔਰ ਅੱਜ ਤੁਝ ਬਿਨ ਤੇਰਾ ਖੁਦਾ ਹੀ ਮੁਝੇ ਮੌਤ ਕੇ ਮੂੰਹ ਤੱਕ ਛੋੜਨੇ ਆਇਆ ਹੈ ਮਾਂਗਾ ਤੋ ਸਿਰਫ ਇੱਕ ਤੇਰੀ ਖੁਸ਼ੀ ਥੀ ਔਰ ਸੋਚਾ ਕਿ ਤੇਰੀ ਇਨ ਤਨਹਾਈਓਂ ਕੋ ਮੈਂ ਖੁਸ਼ੀਓਂ ਮੇ ਬਦਲ ਦੂੰਗਾ ਪਰ ਮੇਰੀ ਇਤਨੀ ਖੁਸ਼ਨਸੀਬੀ ਕਹਾਂ ਕਿ ਤੇਰੀ ਮੁਸਕਾਨ ਕੀ ਵਜ੍ਹਾ ਮੈਂ ਬਣ ਸਕੂੰ ਤੇਰੇ ਬਿਨ ਮੇਰੀ ਮੈਨੇ ਆਪਣੀ ਜ਼ਿੰਦਗੀ ਕੋ ਮੁਨਾਸਿਫ ਨਹੀਂ ਸਮਝਾ ਆਪਣੇ ਤੋ ਬਹੁਤ ਮਿਲੇ ਮਗਰ ਕਿਸੀ ਕੋ ਆਪਣਾ ਨਹੀਂ ਸਮਝਾ ਤੁਮ ਕਰੀਬ ਹੋਤੀ ਤੋ ਸ਼ਾਇਦ ਅੱਜ ਐਸਾ ਨਾ ਹੋਤਾ ਸ਼ਾਇਦ ਵੋ ਖੁਦਾ ਅੱਜ ਆਪਣਾ ਇੱਕ ਨੰਨਾ ਫਰਿਸ਼ਤਾ ਨਾ ਖੋਤਾ ਖੈਰ ਮੇਰੀ ਮੌਤ ਕਾ ਇਲਜ਼ਾਮ ਅਬ ਆਪਣੇ ਸਰ ਮਤ ਲੈਣਾ ਯੇ ਪਿਆਰ ਕਾ ਨਕਾਬ ਅਬ ਕਿਸੀ ਔਰ ਕੋ ਮਤ ਦੇਣਾ ਮੈਂ ਤੋ ਚਲਾ ਅਬ ਜ਼ਿੰਦਗੀ ਕੋ ਅਲਵਿਦਾ ਕਹਿ ਕਰ ਪਰ ਇੱਕ ਆਖਰੀ ਫਰਿਆਦ ਹੈ ਤੇਰੇ ਸੇ ਕਿ ਜ਼ਿੰਦਗੀ ਮੇ ਅਬ ਵੋ ਤਨਹਾਈਆਂ ਦੁਬਾਰਾ ਮਤ ਲੈਣਾ ਕਹੀਂ ਇਹ ਨਾ ਹੋ ਜਾਏ ਕਿ ਉਨ ਤਨਹਾਈਓਂ ਕੋ ਮਿਟਾਨੇ ਮੈਂ ਫਿਰ ਸੇ ਆ ਜਾਊਂ ਪਰ ਅਬ ਜ਼ਹਿਨ ਮੇ ਇੱਕ ਅਹਿਸਾਸ ਸਾ ਆਤਾ ਹੈ ਕਿ ਚਾਹੇ ਵੋ ਇਸ਼ਕ ਅਧੂਰਾ ਥਾ ਪਰ ਵੋ ਇਸ਼ਕ ਤੋ ਸੱਚਾ ਥਾ ਨਾ ਔਰ ਇਸੀ ਸੇ ਵੋ ਇਸ਼ਕ ਪੂਰਾ ਥਾ ਯੂੰ ਹੀ ਨਹੀਂ ਤਿੰਨ ਸਾਲ ਬਸ ਉਸਕੀ ਯਾਦੋਂ ਪੇ ਖਰਚ ਕਰ ਦੀਏ ਪਰ ਹਾਂ ਇੱਕ ਹੈਰਾਨੀ ਜ਼ਰੂਰ ਹੈ ਕਿ ਜਿਸ ਇਸ਼ਕ ਕੀ ਲੋਕ ਮਿਸਾਲੇ ਦੇਤੇ ਥੇ ਉਸ ਇਸ਼ਕ ਕਾ ਅੰਜਾਮ ਇਹ ਵੀ ਹੋ ਸਕਤਾ ਹੈ ਤੋ ਆਖਿਰ ਮੈਂ ਬਸ ਇਤਨਾ ਕਹਿਣਾ ਚਾਹੂੰਗਾ ਕਿ ਜੋ ਇਸ਼ਕ ਮੇਰਾ ਉਸ ਦੁਨੀਆ ਕੇ ਲੀਏ ਮੁਕੰਮਲ ਥਾ ਉਸ ਇਸ਼ਕ ਕਾ ਅਧੂਰਾਪਨ ਵੀ ਮੈਂ ਆਪਣੇ ਸਾਥ ਲੀਏ ਘੁੰਮਤਾ ਹੂੰ ਚਾਹੇ ਅਬ ਛੂਟ ਗਿਆ ਵੋ ਸਾਥ ਹਮਾਰਾ ਫਿਰ ਵੀ ਮੈਂ ਦਿਲ ਮੇ ਤੇਰੇ ਮੇਰੇ ਜਜ਼ਬਾਤ ਲੀਏ ਘੁੰਮਤਾ ਹੂੰ ਇਸ਼ਕ ਨਾ ਜਾਣੇ ਮੁਕੰਮਲ ਥਾ ਵੀ ਵੋ ਮੇਰਾ ਨਹੀਂ ਜਾਂ ਨਹੀਂ ਪਰ ਇਸ਼ਕ ਮੇਰਾ ਸੱਚਾ ਥਾ ਬਸ ਇਸੀ ਬਾਤ ਕੀ ਚਿਹਰੇ ਪੇ ਇੱਕ ਮੁਸਕਾਨ ਲੀਏ ਘੁੰਮਤਾ ਹੂੰ ਥੈਂਕ ਯੂ ਐਵਰੀਵਨ